ਤੁਹਾਨੂੰ ਦਰਸ਼ਨ ਕਰਾਉਣੇ ਆ ਬਾਬਾ ਭਾਈ ਗੁਰਦਾਸ ਦੇ ਡੇਰੇ ਦੇ, ਜੋ ਕਿ ਮਾਨਸਾ ਦੇ ਵਿੱਚ ਸਰਸਾ ਰੋਡ ਦੇ ਉੱਪਰ ਸਥਿਤ ਆ। ਤਾਂ ਅੱਜ ਵੀਡੀਓ ਇਸ ਲਈ ਲੈ ਕੇ ਆਇਆ ਤੁਹਾਡੇ ਲਈ ਕਿਉਂਕਿ ਇਸ ਜਗ੍ਹਾ ਦੇ ਉੱਪਰ ਇਹ ਦਾਅਵਾ ਕੀਤਾ ਜਾਂਦਾ ਕਿ ਜਿਹੜੇ ਬੱਚੇ ਤੋਤਲਾ ਬੋਲਦੇ ਨੇ ਤਾਂ ਉਹ ਇਸ ਜਗ੍ਹਾ ਦੇ ਉੱਪਰ ਇੱਕ ਕੁੰਡ ਬਣਿਆ ਹੋਇਆ। ਇਸ ਕੁੰਡ ਦੇ ਵਿੱਚੋਂ ਐਤਵਾਰ ਨੂੰ ਪਾਣੀ ਪੀਣ ਦੇ ਨਾਲ ਜਿਹੜੇ ਬੱਚੇ ਨੇ ਉਹ ਬਿਲਕੁਲ ਸਹੀ ਬੋਲਣਾ ਲੱਗ ਜਾਂਦੇ ਨੇ। ਤਾਂ ਇਸ ਦੀ ਗਵਾਹੀ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਤਾਂ ਲੋਕਾਂ ਦਾ ਕਹਿਣਾ ਉਹ ਜਦੋਂ ਬੱਚੇ ਸਹੀ ਬੋਲਣ ਲੱਗ ਜਾਂਦੇ ਤਾਂ ਉਹ ਇਸ ਜਗ੍ਹਾ ਦੇ ਉੱਪਰ ਤੋਤੇ ਚੜ੍ਹਾਉਂਦੇ ਨੇ। ਤੋਤੇ ਚੜ੍ਹਾਉਣ ਦਾ ਜੇ ਕਾਰਨ ਦੱਸੀਏ ਤਾਂ ਤੋਤੇ ਚੜ੍ਹਾਉਣ ਦਾ ਕਾਰਨ ਇਹ ਹੈ, ਇਸ ਕੁੰਡ ਦੇ ਵਿੱਚੋਂ ਪਾਣੀ ਪੀਣ ਤੋਂ ਬਾਅਦ ਜਿਹੜੇ ਤੋਤਲੇ ਬੱਚੇ ਨੇ ਉਹ ਤੋਤੇ ਦੀ ਤਰ੍ਹਾਂ ਗੱਲਾਂ ਕਰਨ ਲੱਗ ਜਾਂਦੇ ਨੇ, ਤੋਤੇ ਦੀ ਤਰ੍ਹਾਂ ਬੋਲਣ ਲੱਗ ਜਾਂਦੇ ਨੇ। ਤਾਂ ਹਰ ਐਤਵਾਰ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ਰਧਾਲੂ ਨੇ ਜਿਨ੍ਹਾਂ ਦੇ ਬੱਚੇ ਤੋਤਲਾ ਬੋਲਦੇ ਨੇ ਉਹ ਇਸ ਜਗ੍ਹਾ ਦੇ ਉੱਪਰ ਪਹੁੰਚਦੇ ਨੇ, ਆਪਣੇ ਬੱਚਿਆਂ ਨੂੰ ਪਿਆਰ ਕਰਦੇ ਨੇ। ਤਾਂ ਤੁਸੀਂ ਵੀ ਇਸ ਜਗ੍ਹਾ ਦੇ ਉੱਪਰ ਆਓ, ਜੇਕਰ ਤੁਹਾਡੇ ਬੱਚੇ ਨੂੰ ਕੋਈ ਪ੍ਰੋਬਲਮ ਹੈ ਤਾਂ ਇਸ ਜਗ੍ਹਾ ਦੇ ਉੱਪਰ ਆ ਕੇ ਉਸਨੂੰ ਪਾਣੀ ਪਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਕਿਸੇ ਦਾ ਭਲਾ ਹੋ ਸਕੇ। ਸਾਨੂੰ ਦੱਸ ਫੋਨ 'ਚ ਦੇਖਿਆ ਸੀ, ਸਾਨੂੰ ਪਤਾ ਲੱਗਿਆ ਵੀ ਬੱਚੇ ਬੋਲਦੇ ਨੇ ਸੀਗੇ, ਟੋਕਲੇ ਬੱਚੇ ਨੇ ਜੋ ਬੋਲਦੇ ਨੇ ਜਲ ਛਕਾਉਣ ਨਾਲ। ਹਾਂਜੀ, ਅਤੇ ਉਸ ਤੋਂ ਬਾਅਦ ਜਦੋਂ ਬੱਚਾ ਵੀ ਦੋ ਤਿੰਨ ਵਾਰੀ ਆ ਜਾਈ ਫਿਰ ਤੋਤੇ ਚੜ੍ਹਦੇ ਨੇਗੇ। ਜਿਹੜਾ ਬੱਚਾ ਨਹੀਂ ਬੋਲਦਾ ਤਿੰਨ ਐਤਵਾਰ ਪਾਣੀ ਪਾਓ, ਬੱਚਾ ਬੋਲਣ ਲੱਗ ਜਿਵੇਂ ਤੋਤਾ ਬੋਲੇਗਾ ਹੀ ਬੋਲੇਗਾ। ਕੀ ਕਰਨਾ ਪੈਂਦਾ ਵੀ ਜਦੋਂ ਤਿਆਰ ਗਏ ਬਾਬਾ ਜੀ? ਇੱਥੇ ਮੁੜ ਕੇ ਜਦੋਂ ਬੱਚਾ ਬੋਲਣਾ ਤੋਤੇ ਚੜ੍ਹਾ ਗਏ, ਤੋਤਾ ਚੜ੍ਹਾ ਗਏ ਦੋ ਤੋਤੇ, ਬਾਬਾ ਭਾਈ ਗੁਰਦਾਸ ਮਾਰ ਕੋਈ ਬਣਦਾ ਉਹ ਲਿਖਿਆ ਕਿਵੇਂ ਲੱਗਦਾ ਮਤਲਬ ਹੁਣ ਜਿਵੇਂ ਬੱਚਾ ਠੀਕ ਹੋ ਰਿਹਾ? ਜਿਵੇਂ ਜਿਵੇਂ ਦਰਸ਼ਨ ਕਰਾਂਗੇ ਉਵੇਂ ਉਵੇਂ ਬੱਚਾ ਸਹੀ ਹੋਊਗਾ। ਕਿੰਨੇ ਟਾਈਮ ਦੱਸਦੇ ਨੇ ਵੀ ਕਿੰਨੇ ਟਾਈਮ ਮਤਲਬ ਕਿੰਨਾ ਟਾਈਮ ਮੱਥਾ ਟੇਕਣਾ, ਪੂਜਾ ਜਲ ਦੇਣਾ? ਤਿੰਨ ਐਤਵਾਰ ਤਾਂ ਕਹਿੰਦੇ ਆ, ਬਾਕੀ ਤਾਂ ਤੁਰੇ ਉਹ ਬੱਚਾ ਜੋ ਸਹੀ ਬੋਲਣ ਲੱਗੇ ਤਾਂ ਆਉਣਾ ਹੀ ਮੱਥਾ ਹੀ ਟੇਕਣਾ, ਇੱਥੇ ਕੀ ਕਰਨਾ ਕੁਛ ਨਹੀਂ ਕਰਨਾ। ਠੀਕ ਹੈ ਜੀ, ਕਿਹੜੀ ਜਗ੍ਹਾ ਤੋਂ ਆਏ? ਜਗ੍ਹਾ ਕਿਹੜੀ? ਸ੍ਰੀ ਮੁਕਤਸਰ ਸਾਹਿਬ ਤੋਂ। ਸ੍ਰੀ ਮੁਕਤਸਰ ਸਾਹਿਬ ਕਿਹੜੀ ਜਗ੍ਹਾ ਤੋਂ ਆਏ ਹੋ? ਅਸੀਂ ਆਏ ਜੀ ਰਤੀਏ ਤੋਂ। ਰਤੀਏ ਤੋਂ? ਯੂਟਿਊਬ 'ਤੇ ਦੇਖਿਆ ਹੋਣਾ ਬੱਚਿਆਂ ਨੇ ਘਰੇ। ਹਾਂਜੀ, ਠੀਕ ਹੈ, ਕਰਕੇ ਪਤਾ ਲੱਗਿਆ ਸੀ ਤਾਂ ਪੰਜੋਖੜਾ ਸਾਹਿਬ ਜਾਂਦੇ ਹੁੰਦੇ ਜੀ। ਠੀਕ ਹੈ ਜੀ, ਦਵਾਈਆਂ ਪਹਿਲਾਂ ਦਵਾਈ ਪਹੁੰਚਦੇ ਪਾਤਸ਼ਾਹ ਜੀ ਦਾ ਗੁਰਦੁਆਰਾ ਸਾਹਿਬ ਹੈ ਪੰਜੋਖੜਾ ਸਾਹਿਬ। ਠੀਕ ਹੈ ਜੀ, ਹਰਿਆਣੇ ਦੇ ਵਿੱਚ ਜੀ। ਹਾਂਜੀ, ਅਤੇ ਉੱਥੇ ਜਾਂਦੇ ਹੁੰਦੇ ਸੀ। ਪਹਿਲੀ ਵਾਰ ਆਏ ਹੋ ਕਿ ਦੂਜੀ ਵਾਰ? ਇੱਥੇ ਦੂਜੀ ਵਾਰ ਆਇਆ ਜੀ, ਪਿਛਲੇ ਐਤਵਾਰ ਪਿਆ ਆਇਆ ਜੀ। ਉਹ ਦੇਖੋ ਜੀ, 8 ਦਿਨਾਂ 'ਚ ਤਾਂ ਕੀ ਫਰਕ ਪੈਣਾ, ਤਾਂ ਕੁਦਰਤ ਜਾਣਦੀ ਹੈ ਜੀ। ਆਪਾਂ ਕਰਨਾ ਕੀ ਪੈਂਦਾ ਜੀ? ਇੱਥੇ ਦਾ ਮੱਥਾ ਹੀ ਟੇਕਣਾ ਜੀ, ਉੱਥੇ ਦਰਬਾਰ ਸਾਹਿਬ ਦੇ ਵਿੱਚ। ਹਾਂਜੀ, ਆਪਦੀ ਸ਼ਰਧਾ ਨਾਲ 5 ਟੇਕ ਦਿਓ, 2 ਟੇਕ ਦਿਓ, ਨਾ ਟੇਕੋ ਪੈਸਿਆਂ ਦੀ ਤਾਂ ਕੋਈ ਗੱਲ ਨਹੀਂ ਜੀ। ਮੱਥਾ ਟੇਕਣਾ ਉਹ ਆਪਦੀ ਸ਼ਰਧਾ ਨਾਲ ਟੇਕਦਾ, ਚਾਹੇ ਕੋਈ 1000 ਟੇਕ ਜੂ। ਠੀਕ ਹੈ ਜੀ, ਪਰ ਇਹ ਕੁਛ ਨਹੀਂ ਆਏ, ਇਹ ਨਹੀਂ ਹੈਗੀ ਜ਼ਰੂਰੀ ਗੱਲ ਵੀ ਹਾਂ ਇੰਨਾ ਪੈਸਾ ਟੇਕਣਾ। ਹਾਂਜੀ, ਉੱਥੇ ਕੁੰਡ ਦੇ ਵਿੱਚੋਂ ਪਾਣੀ ਆਉਂਦਾ ਜੀ, ਉਹਦੇ ਵਿੱਚੋਂ ਇਹਨਾਂ ਬੱਚਿਆਂ ਨੇ ਪੈਣੇ ਨੇ, ਉਹ ਤੋਂ ਬਾਅਦ ਦੇ ਵਿੱਚ ਬੋਤਲ ਦੇ ਵਿੱਚ ਲੈ ਕੇ ਜਾਣਾ, 3 ਚੌਂਕੀਆਂ ਭਰਨੀਆਂ ਨੇ, ਜਾਣੀ 3 ਐਤਵਾਰ ਆਉਣਾ ਹੈ, ਅਤੇ ਇਹਨਾਂ ਨੂੰ 8 ਦਿਨ ਇਹ ਬੋਤਲ ਵਾਲਾ ਪਾਣੀ ਪਿਆਉਣਾ ਜੀ ਬੱਚਿਆਂ ਨੇ। ਹਾਂਜੀ, ਸਾਡਾ ਬੱਚਾ ਬੋਲ ਬਣ ਜੀ, ਦੇਖੋ ਇਹ ਹੋ ਸਕਦਾ ਵੀ ਕੱਲ੍ਹ ਨੂੰ ਬੱਚਾ ਮੇਰਾ ਜਿਹੜਾ ਪੁੱਤ ਹੈ ਉਹ ਮਤਲਬ ਕਿ ਬੋਲਦਾ ਨਹੀਂ ਹੈਗਾ, ਜੱਜ ਕੇ ਊਂ ਤਾਂ ਬੋਲਦਾ, ਪੜ੍ਹਨ ਵੇਲੇ ਲਿਖ ਲੈਂਦਾ, ਬੋਲ ਕੇ ਪੜ੍ਹਦਾ ਨਹੀਂ ਹੈਗਾ। ਉਹ ਅਸੀਂ ਪਹਿਲਾਂ ਕਿਤੇ ਹੋਰ ਵੀ ਬਹੁਤ ਸੀਗੇ, ਜਿਵੇਂ ਆਪਣੇ ਆ ਬੋਹਾ ਲਵੇ ਸੈਦੇ ਵਾਲਾ ਹੈ, ਉੱਥੇ ਜਾਂਦੇ ਰਹੇ 6-7 ਮਹੀਨੇ, ਹੋਰ ਕਿਤੇ ਵੀ ਗਿਆ, ਅਤੇ ਹੁਣ ਅਸੀਂ ਉਰੇ ਆਉਣ ਲੱਗੇ, 3 ਚੌਂਕੀਆਂ ਹੋ ਗਈਆਂ ਉਰੇ ਉਹਨਾਂ ਨੂੰ। ਹਾਂਜੀ,
डॉक्टर डीएमसी ने ये बच्चा हुण 10 साल सवा के 10 साल का हो गया वो कहना 12-13 साल ऑटोमैटिक आप चलूगा। रोंदे हुए आओगे, हंसते हुए जाओगे, वशीकरण करवाओ, मन चाह प्यार पाओ, गेट एक्स लव बैक इन योर लाइफ। परेशानी जिम्मे प्यार तो खा खोया प्यार वापस पोना, प्रेम व्याली माता पिता नु मनाना, सौतन दुश्मन तो छुटकारा, लाटरी नंबर पाओ 649 जा होवे लोटो मैक्स। दुखी पैण भरा एक बार जरूर संपर्क करो। पहला मेरा किथे भी लव मैरिज नु लेके काम नहीं बन रहा सी, फिर मैंने किसी ने इस बारे दसिया, मैं उन्होंने कोल गई तो मेरा काम भी बनया। उस तो पहला मैं बहुत बाबियां कोल धक्के खाए, बहुत थावां ते गई, पर मेरा किते भी कोई काम नहीं बनया। तो जेकर तुसी भी अपना